ਸਤਿ ਸ੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ੁਰੂ ਕਰਦੇ ਹਾਂ ਇੱਕ ਹੋਰ ਨਵੀਂ ਕਹਾਣੀ। ਪਿੰਡ ਫੱਲੜ ਛੋਟਾ ਹੋਣ ਕਾਰਨ ਪੰਚਾਇਤੀ ਘਰ ਦੀ ਘਾਟ ਸੀ ਅਤੇ ਪੰਚਾਇਤੀ ਫੈਸਲਿਆਂ ਲਈ ਪਿੰਡ ਵਿੱਚ ਬਣੇ ਇੱਕੋ ਇੱਕ ਗੁਰਦੁਆਰਾ ਸਾਹਿਬ ਵਿੱਚ ਹੀ ਇਕੱਠ ਜੋੜਿਆ ਕਰਦੇ ਸਨ, ਜਿਸ ਦਾ ਇੱਕ ਲਾਭਦਾਇਕ ਪੱਖ ਇਹ ਵੀ ਸੀ ਕਿ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਹਰ ਵਿਅਕਤੀ ਝੂਠ ਬੋਲਣ ਤੋਂ ਕੰਨੀ ਕਤਰਾਉਂਦਾ ਸੀ, ਜਿਸ ਕਰਕੇ ਫੈਸਲਾ ਕਰਨ ਵਿੱਚ ਕਾਫੀ ਸੌਖ ਰਹਿੰਦੀ ਸੀ। ਜੇਕਰ ਲੋੜ ਪੈਂਦੀ ਤਾਂ ਗੁਰੂ ਘਰ 'ਚ ਸਹੁੰ ਪਾਉਣ ਦਾ ਡਰਾਵਾ ਵੀ ਦਿੱਤਾ ਜਾ ਸਕਦਾ ਸੀ। ਪਿੰਡ ਦੇ ਲੋਕਾਂ ਦੀ ਬਹੁ ਗਿਣਤੀ ਅਨਪੜ੍ਹਾਂ ਦੀ ਸੀ ਅਤੇ ਉਸ ਨੂੰ ਇਲਾਕੇ ਦੇ ਪਛੜੇ ਪਿੰਡਾਂ ਵਿੱਚ ਹੀ ਗਿਣਿਆ ਜਾਂਦਾ ਸੀ, ਪਰੰਤੂ ਲੋਕਾਂ ਕੋਲ ਜ਼ਮੀਨ ਜਾਇਦਾਦ ਖੁੱਲੀ ਸੀ। ਆਮ ਲੋਕ ਧਾਰਮਿਕ ਪ੍ਰਵਿਰਤੀ ਦੇ ਸਨ ਅਤੇ ਅੰਧ ਵਿਸ਼ਵਾਸਾਂ ਦੇ ਪ੍ਰਭਾਵ ਵਿੱਚ ਫਸੇ ਹੋਏ ਸਨ। ਅੱਜ ਪਿੰਡ ਦੇ ਬਜ਼ੁਰਗ ਬਹਾਦਰ ਸਿੰਘ ਦੇ ਕਹਿਣ ਤੇ ਸਰਪੰਚ ਨੇ ਇਹ ਇਕੱਠ ਬੁਲਾਇਆ ਸੀ। ਬਹਾਦਰ ਸਿੰਘ ਦਾ ਪਰਿਵਾਰ ਆਪਣੇ ਪਿੰਡ ਦੇ ਰੱਜੇ ਪੁੱਜੇ ਘਰਾਂ ਵਿੱਚ ਗਿਣਿਆ ਜਾਂਦਾ ਸੀ। 30 ਕੁ ਕਿੱਲੇ ਜ਼ਮੀਨ ਵਿੱਚੋਂ ਉਸ ਦੀ 11 ਕੁ ਕਿੱਲੇ ਤਾਂ ਭਾਵੇਂ ਬਰਾਨੀ ਸੀ, ਪਰ ਬਾਕੀ ਜ਼ਮੀਨ ਝੋਟੇ ਦੇ ਸਿਰ ਵਰਗੀ ਸੀ ਅਤੇ ਉਸ ਨੂੰ ਨਹਿਰੀ ਪਾਣੀ ਲੱਗਦਾ ਸੀ। 5-7 ਉਹਦੇ ਘਰ ਹੱਥਣੀਆਂ ਵਰਗੀਆਂ ਭੈਂਸਾਂ ਖੜੀਆਂ ਸਨ। ਦੁੱਧ ਵੇਚਣ ਦਾ ਉੱਥੇ ਅਜੇ ਬਹੁਤਾ ਰਿਵਾਜ ਨਹੀਂ ਸੀ। ਖੁੱਲ੍ਹਾ ਦੁੱਧ ਘਿਓ ਖਾਣ ਪੀਣ ਸਦਕਾ ਉਹਦਾ ਇੱਕ ਲੌਤਾ ਪੁੱਤਰ ਬਿੱਕਰ ਵੀ ਵਧੀਆ ਗੱਭਰੂ ਨਿਖਰ ਆਇਆ ਸੀ ਅਤੇ ਆਪਣੇ ਬਾਪ ਨੂੰ ਘਰ ਦੀ ਨੰਬਰਦਾਰੀ ਵਾਲੇ ਕੰਮ ਸੰਭਾਲਣ ਲਈ ਵਿਹਲਾ ਕਰਕੇ ਉਸਨੇ ਖੇਤੀ ਖੁਦ ਸੰਭਾਲ ਲਈ ਸੀ। ਬਿੱਕਰ ਦੀ ਮਾਸੀ ਕੁਝ ਦੂਰ ਹਰਿਆਣਾ ਦੇ ਪਿੰਡ ਸਾਹੂ ਵਾਲਾ ਵਿਖੇ ਵਿਆਹੀ ਹੋਈ ਸੀ। ਆਪਣੀ ਭੈਣ ਨਾਲ ਵਰਤ ਵਰਤਾਵਾ ਰੱਖਣ ਦੀ ਇੱਛਾ ਸਦਕਾ ਉਸਨੇ ਸਾਹੂ ਵਾਲਾ ਤੋਂ ਹੀ ਇੱਕ ਚੰਗੇ ਪਰਿਵਾਰ ਦੀ ਧੀ ਮਨਜੀਤ ਦਾ ਰਿਸ਼ਤਾ ਬਿੱਕਰ ਨੂੰ ਕਰਵਾਇਆ ਸੀ। ਸਾਹੂ ਵਾਲੇ ਵਾਲਾ ਪਰਿਵਾਰ ਵੀ ਇਲਾਕੇ ਦੇ ਅਮੀਰ ਪਰਿਵਾਰਾਂ ਵਿੱਚ ਸ਼ਾਮਲ ਸੀ। ਇਲਾਕੇ ਦੇ ਲੋਕ ਜਿੱਥੇ ਉਹਨਾਂ ਦੇ ਖਾਨਦਾਨ ਦੀਆਂ ਉਦਾਹਰਣਾਂ ਦਿਆ ਕਰਦੇ ਸਨ, ਉੱਥੇ ਅੜੇ ਹੋਏ ਕੰਮ ਸਿਰੇ ਲਾਉਣ ਲਈ ਵੀ ਇਸ ਪਰਿਵਾਰ ਤੱਕ ਪਹੁੰਚ ਕਰਦੇ ਸਨ। ਮਨਜੀਤ ਦਾ ਬਾਪ ਸੁਦਾਗਰ ਸਿੰਘ ਪਿੰਡ ਦਾ ਸਰਪੰਚ ਰਿਹਾ ਸੀ। ਉਸ ਦੇ ਇਲਾਕੇ ਦੇ ਸਿਆਸੀ ਆਗੂਆਂ ਨਾਲ ਚੰਗੇ ਸੰਬੰਧ ਸਨ, ਇਸ ਲਈ ਸਰਕਾਰੀ ਦਰਬਾਰੇ ਲੋਕਾਂ ਦੇ ਕੰਮ ਧੰਦੇ ਕਰਾਉਂਦਾ ਰਹਿੰਦਾ ਸੀ, ਜਿਸ ਕਰਕੇ ਉਸ ਦਾ ਇਲਾਕੇ ਵਿੱਚ ਚੰਗਾ ਮਾਣ ਸਤਿਕਾਰ ਸੀ। ਮਨਜੀਤ ਦਾ ਵਿਆਹ ਕੀਤਾ ਤਾਂ ਦਾਜ ਦਹੇਜ ਵਿੱਚ ਰਜਵਾਂ ਸਮਾਨ ਦੇ ਕੇ ਉਸਦੇ ਮਾਪਿਆਂ ਨੇ ਬਹਾਦਰ ਸਿੰਘ ਦਾ ਘਰ ਭਰ ਦਿੱਤਾ ਸੀ। ਦੋਵੇਂ ਪਰਿਵਾਰ ਪੂਰੇ ਖੁਸ਼ ਸਨ। ਬਿੱਕਰ ਅਤੇ ਮਨਜੀਤ ਦਾ ਵੀ ਅੰਤਾਂ ਦਾ ਮੋਹ ਸੀ। ਉਹ ਇੱਕ ਦੂਜੇ ਦੇ ਸਾਹ ਵਿੱਚ ਸਾਹ ਲੈਂਦੇ ਸਨ। ਪਰਿਵਾਰ ਦੇ ਥਪਾਕ ਤੇ ਮਿਹਨਤ ਸਦਕਾ ਘਰ ਤਰੱਕੀ ਕਰ ਰਿਹਾ ਸੀ। ਬਿੱਕਰ ਦੀ ਵੱਡੀ ਪੁੱਤਰੀ ਸੀਮਾ ਸੰਗਤ ਮੰਡੀ ਦੇ ਇੱਕ ਪਬਲਿਕ ਸਕੂਲ ਵਿੱਚ ਪੜ੍ਹਦੀ 3 ਜਮਾਤ ਵਿੱਚ ਹੋ ਗਈ ਸੀ ਅਤੇ ਦੂਜੀ ਟੀਨੂ ਵੀ ਨਰਸਰੀ ਵਿੱਚ ਦਾਖਲ ਕਰਵਾ ਦਿੱਤੀ ਸੀ। 3 ਧੀ ਅਜੇ ਛੋਟੀ ਸੀ, ਜਿਸ ਨੂੰ ਘਰ ਵਿੱਚ ਅੱਕੀ ਕਿਹਾ ਜਾਂਦਾ ਸੀ, ਕਿਉਂਕਿ ਬਿੱਕਰ ਦੀ ਮਾਂ ਮਹਿੰਦਰੋ ਅਕਸਰ ਕਹਿੰਦੀ ਰਹਿੰਦੀ ਕਿ ਭਾਈ ਅਸੀਂ ਤਾਂ ਕੁੜੀਆਂ ਤੋਂ ਅੱਕ ਗਏ ਆ। ਜੈਲਦਾਰਾਂ ਦੀ ਬੇਬੇ ਹਰਨਾਮ ਕੌਰ ਦੇ ਕਹਿਣ ਤੇ ਹੀ ਇਸ ਦਾ ਨਾਮ ਅੱਕੀ ਰੱਖਿਆ ਸੀ। ਉਹ ਕਹਿੰਦੀ ਸੀ, ਕੁੜੇ ਮਹਿੰਦਰੋ ਇਹਦਾ ਨਾਂ ਅੱਕੀ ਰੱਖ ਦੇ, ਰੱਬ ਸੁਣੇਗਾ ਤਾਂ ਉਸ ਨੂੰ ਲੱਗੇਗਾ ਕਿ ਪਰਿਵਾਰ ਕੁੜੀਆਂ ਤੋਂ ਅੱਕ ਗਿਆ ਅਤੇ ਅਗਲਾ ਮੁੰਡਾ ਹੀ ਹੋਊਗਾ। ਮੁੰਡੇ ਦੀ ਚਾਹਣਾ ਵਿੱਚ ਸਾਰਾ ਪਰਿਵਾਰ ਚਿੰਤਾ ਵਿੱਚ ਡੁੱਬਿਆ ਰਹਿੰਦਾ ਸੀ। ਮਹਿੰਦਰੋ ਰੋਜ਼ਾਨਾ ਗੁਰਦੁਆਰਾ ਸਾਹਿਬ ਜਾ ਕੇ ਪੋਤਰੇ ਦੀ ਪ੍ਰਾਪਤੀ ਲਈ ਅਰਦਾਸ ਕਰਦੀ।
ਸੰਗਰਾਂਦਾ ਮੱਸਿਆ ਜਾਂ ਦਸਵੀਂ ਵਾਲੇ ਦਿਨ ਬਾਬਾ ਮਸਤ ਰਾਮ ਦੇ ਡੇਰੇ ਤੇ ਦੁੱਧ ਚੜਾਉਣ ਜਾਂਦੀ ਤੇ ਸੁੱਖਣਾ ਸੁੱਖਦੀ। ਜਿੱਥੇ ਵੀ ਕੋਈ ਦੱਸ ਪਾਉਂਦਾ ਸਿਆਣੇ ਕੋਲ ਜਾਣ ਤੋਂ ਵੀ ਨਾ ਖੁੰਝਦੀ ਅਤੇ ਦਰਵਾਜ਼ੇ ਤੇ ਆਏ ਕਿਸੇ ਮਾੜੇ ਮੰਗਤੇ ਨੂੰ ਵੀ ਨਿਰਾਸ਼ ਕਰਕੇ ਨਾ ਮੋੜਦੀ। ਪੋਤਰੇ ਨੂੰ ਦੇਖਣ ਦੀ ਇੱਛਾ ਸਦਕਾ ਉਹ ਪੁੰਨ ਦਾਨ ਕਰਦੀ ਨਾ ਥੱਕਦੀ। ਹਾੜੀ ਦਾ ਕੰਮ ਨਿਬੇੜ ਕੇ ਅਖੰਡ ਪਾਠ ਕਰਵਾ ਕੇ ਘਰ ਦੀ ਸੁੱਧੀ ਕੀਤੀ ਗਈ। ਕਾਲਿਆਂ ਵਾਲੀ ਦੇ ਇੱਕ ਵੈਦ ਕੋਲ ਪਹੁੰਚ ਕੀਤੀ, ਜਿਸਨੇ ਸ਼ਰਤੀਆ ਮੁੰਡਾ ਹੋਣ ਦੀ ਦੇਸੀ ਦਵਾਈ ਦੀਆਂ 7 ਪੁੜੀਆਂ ਦਿੱਤੀਆਂ। ਵੈਦ ਦੇ ਕਹਿਣ ਮੁਤਾਬਿਕ ਮਹਿੰਦਰੋ ਨੇ 7 ਦਿਨ ਸੁਬਾ ਮਨਜੀਤ ਨੂੰ ਇੱਕੋ ਵਸਤਰ ਵਿੱਚ ਗਾਂ ਦੇ ਦੁੱਧ ਨਾਲ ਖਵਾਈਆਂ। ਇਸ ਉਪਰੰਤ ਜਦ ਮਨਜੀਤ ਗਰਭਵਤੀ ਹੋ ਗਈ ਤਾਂ ਸਾਰਾ ਪਰਿਵਾਰ ਚਾਹ ਵਿੱਚ ਹੀ ਭੱਜਿਆ ਫਿਰਦਾ, ਧਰਤੀ ਤੇ ਪੈਰ ਨਾ ਲਾਉਂਦਾ ਕਿ ਇਸ ਵਾਰ ਤਾਂ ਪੁੱਤ ਹੀ ਹੋਊਗਾ ਜੋ ਪਰਿਵਾਰ ਦਾ ਅਸਲ ਵਾਰਸ ਹੋਵੇਗਾ। ਮਨਜੀਤ ਨੂੰ ਭਾਰਾ ਕੰਮ ਕਰਨ ਤੋਂ ਵਰਜ ਦਿੱਤਾ ਗਿਆ, ਗਰਮੀ ਤੋਂ ਬਚਾ ਰੱਖਣ ਲਈ ਕੰਮ ਨਾ ਕਰਨ ਦੀ ਸਲਾਹ ਦਿੱਤੀ ਤਾਂ ਕਿ ਕਿਤੇ ਕੀਤੀ ਕਰਾਈ ਮਿਹਨਤ ਬੇਅਰਥ ਨਾ ਚਲੀ ਜਾਵੇ। ਪਰਿਵਾਰ ਲਈ 9 ਮਹੀਨੇ ਦੀ ਉਡੀਕ ਵੀ ਬਹੁਤ ਲੰਬੀ ਸੀ। ਸਮਾਂ ਆਪਣੀ ਰਫਤਾਰ ਤੁਰਦਾ ਰਹਿੰਦਾ ਏ। ਵਕਤ ਪੂਰਾ ਹੋਇਆ, ਮਨਜੀਤ ਨੂੰ ਤਕਲੀਫ ਮਹਿਸੂਸ ਹੋਈ ਤਾਂ ਦਾਈ ਰਹਿਮਤਾਂ ਨੂੰ ਮਹਿੰਦਰੋ ਕਦੇ ਵਾਹਗਰੂ ਵਾਹਗਰੂ ਕਰਨ ਲੱਗ ਜਾਂਦੀ ਤੇ ਕਦੇ ਮਸਤ ਰਾਮ ਦੇ ਨਾਂ ਤੇ ਧਰਤੀ ਨੂੰ ਮੱਥਾ ਲਾ ਕੇ ਨਮਸਕਾਰ ਕਰਦੀ। ਮਨਜੀਤ ਸਵਾਤ ਚ ਪਈ ਕਸ਼ਟ ਝੱਲ ਰਹੀ ਸੀ। ਸਾਰਾ ਪਰਿਵਾਰ ਬਰਾਂਡੇ ਵਿੱਚ ਖੁਸ਼ੀਆਂ ਭਰੇ ਸੁਨੇਹੇ ਦੀ ਉਡੀਕ ਵਿੱਚ ਬੈਠਾ ਸੀ। ਦਾਈ ਨੇ ਸਵਾਤ ਚੋਂ ਸਿਰ ਬਾਹਰ ਕੱਢਦਿਆਂ ਮਹਿੰਦਰੋ ਨੂੰ ਦੱਸਿਆ, ਬੇਬੇ ਜੀ ਕੁੜੀ ਹੋਈ ਹੈ ਤਾਂ ਉਹਦਾ ਮਨ ਐ ਕੀਤਾ ਕਿ ਦਾਈ ਦੇ ਸਿਰ ਚ ਖਲਪਾੜ ਮਾਰੇ ਚੁੱਕ ਕੇ। ਉਹਦੇ ਮੂੰਹੋਂ ਅਚਾਨਕ ਸ਼ਬਦ ਨਿਕਲੇ, ਇਸ ਚੰਦਰੀ ਨਹਿਸ ਨੇ ਨਾ ਕਦੇ ਚੱਜ ਦਾ ਸੁਨੇਹਾ ਦਿੱਤਾ। ਇੱਕ ਵਾਰ ਤਾਂ ਪਰਿਵਾਰ ਦੇ ਸਿਰ ਪਾਣੀ ਦਾ 100 ਘੜਾ ਪੈ ਗਿਆ, ਪਰ ਕੀਤਾ ਤਾਂ ਕੁਝ ਨਹੀਂ ਸੀ ਜਾ ਸਕਦਾ। ਆਖਰ ਸਬਰ ਕਰਕੇ ਬੈਠ ਗਏ, ਪਰ ਸਭ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਘਰ ਵਿੱਚ ਚੁੱਪ ਚਾਂਦ ਸੀ, ਰੋਟੀ ਸਵਾਦ ਨਹੀਂ ਸੀ ਲੱਗ ਰਹੀ ਤੇ ਇੱਕ ਦੂਜੇ ਨੂੰ ਧਰਵਾਸ ਦੇ ਰਹੇ ਸਨ। ਕੁਝ ਮਹੀਨਿਆਂ ਬਾਅਦ ਘਰ ਦਾ ਕੰਮ ਕਾਰ ਪਹਿਲੀ ਰਫਤਾਰ ਨਾਲ ਫਿਰ ਚੱਲ ਪਿਆ ਸੀ, ਪਰ ਇਹ ਫਰਕ ਜ਼ਰੂਰ ਪਿਆ ਕਿ ਬਹਾਦਰ ਸਿੰਘ ਖੇਤੋਂ ਆ ਕੇ ਮੱਝਾਂ ਦੀਆਂ ਖੁਰਲੀਆਂ ਵਿੱਚ ਹੱਥ ਮਾਰ ਕੇ ਦਰਵਾਜ਼ੇ ਵਿੱਚ ਹੀ ਪਏ ਮੰਜੇ ਤੇ ਬੈਠ ਜਾਂਦਾ ਤਾਂ ਮਹਿੰਦਰੋ ਉਸ ਲਈ ਪਾਣੀ ਦਾ ਗਲਾਸ ਲੈ ਕੇ ਆਉਂਦੀ ਅਤੇ ਉਸ ਕੋਲ ਮੰਜੇ ਦੀ ਪੈਂਦ ਤੇ ਬੈਠ ਕੇ ਗੱਲੀ ਲੱਗ ਜਾਂਦੀ ਤੇ ਉਹ ਕਿੰਨਾ ਹੀ ਚਿਰ ਘੁਸਰ ਮੁਸਰ ਕਰਦੇ ਰਹਿੰਦੇ। ਕੁਝ ਦਿਨਾਂ ਬਾਅਦ ਉਹਨਾਂ ਦੀ ਇਸ ਗੁਫ਼ਤਗੂ ਦਾ ਉਦੋਂ ਪਰਦਾ ਚੁੱਕਿਆ ਗਿਆ ਜਦ ਦੁਪਹਿਰ ਸਮੇਂ ਬਿੱਕਰ ਖੇਤ ਗਿਆ ਹੋਇਆ ਸੀ ਅਤੇ ਬਹਾਦਰ ਸਿੰਘ ਪਿੰਡ ਵਿੱਚ ਹੋਈ ਮਰਗ ਵਾਲਿਆਂ ਦੇ ਘਰ ਭੋਗ ਤੇ ਮੱਥਾ ਟੇਕਣ ਚਲਾ ਗਿਆ। ਸਮਾਂ ਵਿਹਲਾ ਦੇਖਦਿਆਂ ਮਹਿੰਦਰੋ ਨੇ ਮਨਜੀਤ ਨੂੰ ਬੁਲਾ ਕੇ ਆਪਣੇ ਕੋਲ ਬਿਠਾਇਆ ਅਤੇ ਉਹ ਸਮਝਾਉਣ ਲੱਗੀ, ਦੇਖ ਧੀਏ ਤੂੰ ਘਰ ਦੀ ਮਾਲਕ ਹੈ ਤੇ ਮਾਲਕ ਹੀ ਰਹਿਣਾ, ਪਰ ਧੀਆਂ ਬਗਾਨਾ ਧਨ ਹੁੰਦੀਆਂ ਨੇ, ਉਹਨਾਂ ਆਪੋ ਆਪਣੇ ਘਰੀ ਜਾ ਵੜਨਾ ਏ। ਆਪਣੀ ਜ਼ਮੀਨ ਜਾਇਦਾਦ ਦਾ ਕੋਈ ਵਾਰਸ ਨਹੀਂ ਰਹਿਣਾ ਸੰਭਾਲਣ ਵਾਲਾ। ਧੀਏ ਤੂੰ ਸਿਆਣੀ ਹੈ, ਜੇ ਹਾਂ ਕਰੇ ਤਾਂ ਬਿੱਕਰ ਦਾ ਇੱਕ ਹੋਰ ਵਿਆਹ ਕਰ ਲਈਏ, ਦੋਵੇਂ ਭੈਣਾਂ ਮਿਲ ਕੇ ਕੰਮ ਕਾਰ ਕਰ ਲਿਆ ਕਰੋਗੀਆਂ ਅਤੇ ਆਪਣੀ ਜਾਇਦਾਦ ਸੰਭਾਲਣ ਵਾਲਾ ਵੀ ਜੰਮ ਪਊ। ਆਪਾਂ ਮੁੰਡੇ ਲਈ ਪਹਿਲਾਂ ਵੀ ਬਥੇਰੇ ਉਪਾਅ ਕੀਤੇ ਨੇ, ਪਰ ਵਾਹਿਗੁਰੂ ਨੇ ਤੇਰੇ ਕਰਮਾਂ ਚ ਨਹੀਂ ਲਿਖਿਆ ਤਾਂ ਆਪਾਂ ਕੀ ਕਰ ਸਕਦੇ ਆ।
ਇਹ ਸੁਣਦਿਆਂ ਮਨਜੀਤ ਨੂੰ ਸੱਤੇ ਕੱਪੜੀ ਅੱਗ ਲੱਗ ਗਈ, ਕਿਉਂਕਿ ਕੋਈ ਵੀ ਔਰਤ ਨਹੀਂ ਚਾਹੁੰਦੀ ਕਿ ਉਸਦਾ ਪਤੀ ਇੱਕ ਹੋਰ ਵਿਆਹ ਕਰਵਾ ਲਵੇ। ਮਨਜੀਤ ਦੇ ਪੇਕੀ ਜੈਲਦਾਰ ਦੇ ਮੁੰਡੇ ਜੈਲੇ ਦੇ ਦੋ ਵਿਆਹ ਸੀ ਅਤੇ ਉਹ ਦੋਵੇਂ ਸੌਂਕਣਾ ਦਿਨ ਰਾਤ ਲੜਦੀਆਂ ਰਹਿੰਦੀਆਂ ਸਨ, ਇੱਕ ਦੂਜੀ ਦੀ ਗੁੱਤ ਪੁੱਟ ਦਿੰਦੀਆਂ, ਕੱਪੜੇ ਪਾੜ ਦਿੰਦੀਆਂ। ਜਦੋਂ ਉਹਨਾਂ ਦੇ ਜਵਾਕ ਰੌਲਾ ਪਾਉਂਦੇ ਤਾਂ ਆਂਢੀ ਗੁਆਂਢੀ ਜਾ ਕੇ ਉਹਨਾਂ ਨੂੰ ਅੱਡ ਅੱਡ ਕਰਦੇ। ਉਹਨਾਂ ਦੀ ਆਪਣੀ ਜ਼ਿੰਦਗੀ ਤਾਂ ਛਿੱਤਰ ਪਤਾਣ ਵਿੱਚ ਗੁਜ਼ਰ ਹੀ ਰਹੀ ਸੀ। ਜੈਲੇ ਦਾ ਜੀਵਨ ਵੀ ਨਰਕ ਬਣ ਗਿਆ ਸੀ ਅਤੇ ਬੱਚਿਆਂ ਦਾ ਬਚਪਨਾ ਵੀ ਰੁਲ ਰਿਹਾ ਸੀ। ਸੱਸ ਦੀ ਗੱਲ ਸੁਣਦਿਆਂ ਉਸਦੀ ਸੋਚ ਜੈਲੇ ਦੇ ਘਰ ਪਹੁੰਚ ਗਈ। ਉਸ ਨੂੰ ਆਪਣੀ ਜ਼ਿੰਦਗੀ ਨਰਕ ਬਣਦੀ ਦਿਸੀ, ਆਪਣੀਆਂ ਪੁੱਤਰੀਆਂ ਦੀ ਤਰਸਯੋਗ ਹਾਲਤ ਦਿਖਾਈ ਦਿੱਤੀ ਅਤੇ ਸੋਚਾਂ ਵਿੱਚ ਡੁੱਬੀ ਮਨਜੀਤ ਦੇ ਮੂੰਹੋਂ ਅਚਾਨਕ ਇਹ ਸ਼ਬਦ ਨਿਕਲੇ, ਬੇਬੇ ਜੇ ਦੂਜੀ ਦੇ ਵੀ ਕੁੜੀਆਂ ਹੀ ਹੋਈਆਂ ਫੇਰ ਕੀ ਕਰਾਂਗੇ। ਇਹ ਸ਼ਬਦ ਤਾਂ ਮਹਿੰਦਰੋਂ ਨੂੰ ਇਉਂ ਲੱਗੇ ਜਿਵੇਂ ਕਿਸੇ ਨੇ ਉਸਦੇ ਦਿਲ ਵਿੱਚ ਛੁਰਾ ਮਾਰਿਆ ਹੋਵੇ ਤੇ ਉਹ ਬੋਲੀ, ਚੰਦਰੀਏ ਜੇ ਮੂੰਹ ਨੀ ਚੰਗਾ ਤਾਂ ਗੱਲ ਤਾਂ ਚੱਜ ਦੀ ਕਰ ਲਿਆ ਕਰ। ਭੋਗ ਤੋਂ ਜਦ ਵਿਹਲਾ ਹੋ ਕੇ ਬਹਾਦਰ ਸਿੰਘ ਘਰ ਆਇਆ ਤਾਂ ਦੋਵੇਂ ਨੂੰਹ ਸੱਸ ਅੱਡ ਅੱਡ ਮੰਜਿਆਂ ਤੇ ਮੂੰਹ ਸੁਜਾਈ ਬੈਠੀਆਂ ਸਨ। ਘਰ ਚ ਪਸਰੀ ਚੁੱਪ ਦੇਖਦਿਆਂ ਉਸਨੇ ਪੁੱਛਿਆ, ਸੁੱਖ ਹੈ? ਕਿਉਂ ਐ ਘਰ ਚ ਸੋਗ ਪਾਇਆ ਏ? ਇਹ ਪੁੱਛਣ ਦੀ ਦੇਰ ਸੀ ਕਿ ਮਹਿੰਦਰੋਂ ਨੇ ਮਨਜੀਤ ਨਾਲ ਹੋਈ ਸਾਰੀ ਗੱਲ ਕਹਿ ਸੁਣਾਈ। ਬਹਾਦਰ ਸਿੰਘ ਨੇ ਮਨਜੀਤ ਦਾ ਗੁੱਸਾ ਠੰਡਾ ਕਰਨ ਲਈ ਕਿਹਾ, ਭਾਈ ਤੁਹਾਡੀ ਬੇਬੇ ਨੇ ਤਾਂ ਸਲਾਹ ਹੀ ਕੀਤੀ ਸੀ, ਪਰ ਤੂੰ ਤਾਂ ਭਾਈ ਓ ਹੀ ਤਿੜਕ ਪਈ। ਧੀਏ ਸਹਿਜ ਮਤੇ ਨਾਲ ਸਮਝ ਸੋਚ, ਗੱਲ ਵਿਆਹ ਕਰਨ ਦੀ ਨਹੀਂ, ਗੱਲ ਤਾਂ ਜ਼ਮੀਨ ਜਾਇਦਾਦ ਦੇ ਵਾਰਸ ਦੀ ਹੈ। ਜੇ ਬਗਾਨਿਆਂ ਕੋਲ ਜਾਣ ਤੋਂ ਬਚਾਈ ਜਾ ਸਕੇ ਨਾਲੇ ਜੋ ਕੁਝ ਕੀਤਾ ਜਾਊ ਤੇਰੀ ਰਾਏ ਨਾਲ ਹੀ ਕੀਤਾ ਜਾਊ। ਤੂੰ ਘਰ ਦੀ ਮਾਲਕ ਹੈ, ਤੈਨੂੰ ਧੱਕ ਤਾਂ ਨਹੀਂ ਸਕਦੇ। ਬਾਪੂ ਜੀ ਧੀਆਂ ਵੀ ਵਾਰਸ ਹੁੰਦੀਆਂ ਨੇ, ਜਵਾਈਆਂ ਨੂੰ ਆਪਣਾ ਨਹੀਂ ਸਮਝਣਾ ਤਾਂ ਕੋਈ ਦੋਹਤਾ ਰੱਖ ਲਿਓ ਜੋ ਤੁਹਾਡਾ ਵਾਰਸ ਬਣ ਕੇ ਇੱਥੇ ਰਹਿ ਪਵੇਗਾ ਜਾਇਦਾਦ ਸੰਭਾਲਣ ਲਈ। ਜ਼ਮੀਨਾਂ ਜਾਇਦਾਦਾਂ ਤਾਂ ਇੱਥੇ ਹੀ ਪਈਆਂ ਰਹਿਣੀਆਂ ਨੇ, ਜੇ ਪੁੱਤ ਧੀ ਕੁਝ ਵੀ ਨਾ ਹੁੰਦਾ ਤਾਂ ਵਾਰਸ ਬਾਰੇ ਸੋਚਣ ਦੀ ਲੋੜ ਪੈਣੀ ਸੀ? ਹੁਣ ਨਹੀਂ ਸੋਚਣਾ ਚਾਹੀਦਾ। ਮਨਜੀਤ ਨੇ ਸਿਰੇ ਦੀ ਸੁਣਾ ਕੇ ਮਨ ਹੌਲਾ ਕਰ ਲਿਆ ਸੀ। ਚੰਗਾ ਪੁੱਤ ਜਾ, ਆਪਣੀ ਤਿੰਨਾਂ ਦੀ ਗੱਲ ਸੀ, ਕਿਸੇ ਹੋਰ ਕੋਲ ਨਾ ਕਰੀ। ਜੋ ਸਾਡੇ ਕਰਮਾਂ ਵਿੱਚ ਲਿਖਿਆ ਹੋਣਾ ਤਾਂ ਉਵੇਂ ਹੀ ਹੈ। ਬਹਾਦਰ ਸਿੰਘ ਨੇ ਗੱਲ ਟਾਲ ਦੇਣ ਵਿੱਚ ਹੀ ਭਲਾਈ ਸਮਝੀ। ਉਹ ਦਿਨ ਲੰਘਿਆ ਤਾਂ ਮਹਿੰਦਰੋਂ ਆਪਣੇ ਪਤੀ ਬਹਾਦਰ ਸਿੰਘ ਦੇ ਜ਼ੋਰ ਪਾਉਣ ਲੱਗੀ ਕਿ ਮੈਨੂੰ ਸਾਡਾ ਵਾਰਸ ਚਾਹੀਦਾ, ਭਾਵੇਂ ਕੁਛ ਵੀ ਹੋ ਜਾਏ। ਜੇ ਇਹ ਨਹੀਂ ਮੰਨਦੀ ਹੈ ਤਾਂ ਠੀਕ ਹੈ, ਨਹੀਂ ਮੁੰਡੇ ਨੂੰ ਕਹਿ ਇਹ ਤੋਂ ਤਲਾਕ ਲੈ ਲਵੇ, ਇਹ ਜਿੱਥੇ ਮਰਜ਼ੀ ਰਹੇ ਅਸੀਂ ਮੁੰਡੇ ਨੂੰ ਵਿਆਹਣ ਜੋਗੇ ਹੋਈਏ। ਬਹਾਦਰ ਸਿੰਘ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਭਲੀਏ ਮਾਨਸੇ ਮਿਲਣਾ ਤਾਂ ਉਹੀ ਹੈ ਜੋ ਰੱਬ ਨੇ ਆਪਣੇ ਕਰਮਾਂ ਵਿੱਚ ਲਿਖਿਆ ਏ। ਤੂੰ ਸਬਰ ਕਰ ਲੈ, ਹੁਣ ਜੇ ਤਲਾਕ ਲੈ ਕੇ ਮੁੰਡਾ ਦੂਜੀ ਵਾਰ ਵਿਆਹ ਲਿਆ ਤਾਂ ਇਹਨਾਂ ਵਿਚਾਰੀਆਂ ਬੱਚੀਆਂ ਦਾ ਕੀ ਬਣੇਗਾ? ਮਤਰੇਈਆਂ ਮਾਵਾਂ ਤਾਂ ਮਤਰੇਈਆਂ ਹੀ ਹੁੰਦੀਆਂ ਨੇ, ਮੈਂ ਆਪੇ ਸੰਭਾਲ ਲੂ ਇਹਨਾਂ ਨੂੰ, ਤੂੰ ਇਹਨਾਂ ਦਾ ਫਿਕਰ ਨਾ ਕਰ। ਅਵਲ ਤਾਂ ਅੱਜ ਆਪਾਂ ਤਲਾਕ ਦੀ ਗੱਲ ਕਰੀ ਤਾਂ ਮਨਜੀਤ ਆਪਦੇ ਹੁੰਦਿਆਂ ਹੀ ਦੂਜੇ ਵਿਆਹ ਵਾਸਤੇ ਚੁੱਪ ਕਰ ਜੂ, ਉਹਨੂੰ ਵੀ ਆਪਣੀਆਂ ਧੀਆਂ ਦੀਂਦੀਆਂ ਨੇ, ਜੇ ਨਾ ਮੰਨੀ ਤਾਂ ਮੈਂ ਸਾਂਭ ਲਊ, ਤੂੰ ਨਾ ਐਵੇਂ ਫਿਕਰ ਕਰੀ ਜਾ, ਬਸ ਤੂੰ ਗੱਲ ਧੋਰ ਇੱਕ ਵਾਰ। ਮਹਿੰਦਰੋਂ ਨੇ ਆਪਣਾ ਫੈਸਲਾ ਸੁਣਾ ਦਿੱਤਾ। ਬਹਾਦਰ ਸਿੰਘ ਨੇ ਜਦ ਬਿੱਕਰ ਨਾਲ ਗੱਲ ਕੀਤੀ ਤਾਂ ਉਹ ਪਰਿਵਾਰ ਵਿੱਚ ਪੈਣ ਵਾਲੇ ਝਗੜੇ ਕਲੇਸ਼ ਤੋਂ ਡਰ ਕੇ ਘਬਰਾ ਗਿਆ, ਪਰ ਜਦ ਜ਼ਮੀਨ ਜਾਇਦਾਦ ਸੰਭਾਲਣ ਲਈ ਵਾਰਸ ਦੀ ਜ਼ਰੂਰਤ ਬਾਰੇ
ਬਾਪ ਨੇ ਦਬਾਅ ਪਾਇਆ ਤਾਂ ਉਹ ਮਜਬੂਰੀ ਵਸ ਸਹਿਮਤ ਹੋ ਜਿਹਾ ਹੋ ਗਿਆ। ਘਰ ਚੱਲ ਹੀ ਰਹੀ ਤਲਾਕ ਦੀ ਗੱਲ ਮਨਜੀਤ ਦੇ ਕੰਨੀ ਪਈ ਤਾਂ ਪਤੀ ਪਤਨੀ 'ਚ ਗੁੱਸਾ ਪੈਦਾ ਹੋ ਗਿਆ। ਆਖਰ ਮਨਜੀਤ ਝੋਲਾ ਚੁੱਕ ਕੇ ਸਾਹੂ ਵਾਲੇ ਪਹੁੰਚ ਗਈ ਅਤੇ ਆਪਣੀਆਂ ਬੱਚੀਆਂ ਨੂੰ ਉਹਨਾਂ ਦੇ ਹਵਾਲੇ ਛੱਡ ਗਈ। ਮਨਜੀਤ ਦੇ ਪੇਕੇ ਘਰ ਵੀ ਇਹ ਗੱਲ ਸੁਣਦਿਆਂ ਸੋਗ ਜਿਹਾ ਪੈ ਗਿਆ। ਉਹਦੇ ਭਰਾ ਇਸ ਕਦਰ ਤਹਿਸ ਵਿੱਚ ਆ ਗਏ ਕਿ ਬਿੱਕਰ ਤੇ ਉਸਦੇ ਬਾਪ ਨੂੰ ਮਾਰ ਦੇਣ ਦੀਆਂ ਗੱਲਾਂ ਕਰਨ ਲੱਗ ਪਏ। ਪਰ ਉਹਨਾਂ ਦੇ ਪਿਤਾ ਨੇ ਕੁਝ ਦਿਨ ਸੋਚਣ ਲਈ ਕਹਿ ਕੇ ਸਾਰਿਆਂ ਨੂੰ ਸ਼ਾਂਤ ਕਰ ਲਿਆ। ਉਧਰ ਬਹਾਦਰ ਸਿੰਘ ਨੇ ਇਸ ਮਾਮਲੇ ਨੂੰ ਸਿਰੇ ਲਾਉਣ ਦੇ ਇਰਾਦੇ ਨਾਲ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਕਿ ਅਸੀਂ ਬਿੱਕਰ ਨੂੰ ਤਲਾਕ ਦਿਵਾਉਣਾ ਹੈ, ਪੰਚਾਇਤ ਰੱਬ ਬਰਾਬਰ ਹੁੰਦੀ ਹੈ, ਤੁਸੀਂ ਇਹ ਕੰਮ ਕਰਵਾਓ। ਜੇਕਰ ਪੰਚਾਇਤ ਰਾਹੀਂ ਹੋ ਜਾਏ ਤਾਂ ਅਦਾਲਤੀ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਪਏਗੀ। ਤੁਸੀਂ ਮੁੰਡੇ ਦੇ ਸਹੁਰਿਆਂ ਨਾਲ ਗੱਲ ਕਰਕੇ ਇਹ ਨਿਪਟਾ ਦਿਓ। ਸਰਪੰਚ ਨੇ ਬਿੱਕਰ ਦੇ ਸਹੁਰੇ ਨਾਲ ਗੱਲ ਕਰਕੇ ਹੀ ਅੱਜ ਗੁਰਦੁਆਰਾ ਸਾਹਿਬ ਵਿਖੇ ਇਹ ਇਕੱਠ ਬੁਲਾਇਆ ਸੀ। ਸਰਪੰਚ ਸਮੇਤ ਸਮੁੱਚੀ ਪੰਚਾਇਤ ਗੁਰਦੁਆਰਾ ਸਾਹਿਬ ਪਹੁੰਚ ਗਈ। 5-7 ਹੋਰ ਸਿਆਣੇ ਪਤਵੰਤੇ ਵਿਅਕਤੀ ਆ ਬੈਠੇ। ਬਹਾਦਰ ਸਿੰਘ ਮਹਿੰਦਰੋ ਤੇ ਬਿੱਕਰ ਦੀ ਪੰਚਾਇਤ ਦੇ ਪਿੱਛੇ ਆ ਕੇ ਬੈਠ ਗਏ ਸਨ। ਬਸ ਸਾਹੂ ਵਾਲੇ ਆਲਿਆਂ ਦੀ ਉਡੀਕ ਕੀਤੀ ਜਾ ਰਹੀ ਸੀ। ਅੱਧੇ ਕੁ ਘੰਟੇ ਬਾਅਦ 2 ਜੀਪਾਂ ਗੁਰਦੁਆਰਾ ਸਾਹਿਬ ਦੇ ਗੇਟ ਮੋਹਰੇ ਆ ਰੁਕੀਆਂ, ਜਿਨ੍ਹਾਂ ਵਿੱਚੋਂ ਸਾਹੂ ਵਾਲੇ ਦਾ ਸਰਪੰਚ, ਪੰਚ, ਮਨਜੀਤ ਦੇ ਮਾਂ ਬਾਪ, ਭਰਾ ਅਤੇ 4-5 ਹੋਰ ਬਜ਼ੁਰਗ ਉਤਰੇ ਅਤੇ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਇਕੱਤਰ ਹੋਈ ਪੰਚਾਇਤ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਇੱਕ ਪਾਸੇ ਹੋ ਕੇ ਬੈਠ ਗਏ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਰਾਮ ਸਿੰਘ ਨੂੰ ਗੁਰੂ ਘਰ ਵੱਲੋਂ ਇਕੱਠ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਤਾਂ ਉਹ ਵੀ ਗੱਲ ਵਿੱਚ ਪਰਨਾ ਪਾ ਕੇ ਹੱਥ ਵਿੱਚ ਮਾਲਾ ਫੜੀ ਇਕੱਠ ਦੇ ਵਿਚਕਾਰ ਚੌਂਕੜੀ ਮਾਰ ਕੇ ਬੈਠ ਗਿਆ। ਗੁਰਦੁਆਰਾ ਸਾਹਿਬ ਵਿਖੇ ਤਿਆਰ ਕੀਤਾ ਚਾਹ ਪਾਣੀ ਪਿਲਾਉਣ ਉਪਰੰਤ ਫੱਲੜਾਂ ਦੇ ਸਰਪੰਚ ਕਰਤਾਰ ਸਿੰਘ ਨੇ ਖੜੇ ਹੋ ਕੇ ਹੱਥ ਜੋੜਦਿਆਂ ਕਿਹਾ, ਭਾਈ ਸੰਗਤੇ, ਸਭ ਨੂੰ ਪਤਾ ਹੀ ਹੈ ਕਿ ਆਪਾਂ ਕਿਉਂ ਇਕੱਠੇ ਹੋਏ ਹਾਂ। ਇਹ ਮਾਮਲਾ ਬਹੁਤ ਸੰਵੇਦਨਸ਼ੀਲ ਅਤੇ ਗੁੰਝਲਦਾਰ ਹੈ। ਇੱਕ ਪਰਿਵਾਰ ਦੇ ਭਵਿੱਖ ਦਾ ਸਵਾਲ ਹੈ। ਮਨਜੀਤ ਪਿੰਡ ਦੀ ਨੂੰਹ ਹੈ ਤੇ ਸਾਨੂੰ ਉਹਦੇ ਨਾਲ ਵੀ ਬਹੁਤ ਹਮਦਰਦੀ ਹੈ। ਮਾਮਲਾ ਇਸ ਹੱਦ ਤੱਕ ਪਹੁੰਚਣਾ ਹੀ ਦੁਖਦਾਈ ਹੈ, ਪਰ ਮਜਬੂਰੀ ਵੀ ਹੈ। ਮੇਰੀ ਬੇਨਤੀ ਹੈ ਕਿ ਪੰਚਾਇਤਾਂ ਦੋਵਾਂ ਧਿਰਾਂ ਦੀ ਗੱਲ ਪੂਰੇ ਧਿਆਨ ਨਾਲ ਸੁਣਨ, ਉਪਰੰਤ ਬਗੈਰ ਕਿਸੇ ਭੇਦਭਾਵ ਤੇ ਵਿਤਕਰੇ ਦੇ ਵਾਹਿਗੁਰੂ ਨੂੰ ਹਾਜ਼ਰ ਸਮਝ ਕੇ ਸਹੀ ਫੈਸਲਾ ਕਰਨ। ਆਪਾਂ ਗੁਰੂ ਘਰ ਵਿੱਚ ਹੀ ਬੈਠੇ ਹਾਂ, ਇਸ ਲਈ ਖਿਆਲ ਰੱਖਣਾ ਕਿ ਆਪਾਂ ਤੋਂ ਅਨਿਆ ਨਾ ਹੋ ਜਾਵੇ। ਮੈਂ ਦੋਵਾਂ ਧਿਰਾਂ ਨੂੰ ਵੀ ਬੇਨਤੀ ਕਰਦਾ ਕਿ ਗੱਲਬਾਤ ਰਾਹੀਂ ਹਰ ਮਸਲੇ ਦਾ ਹੱਲ ਹੋ ਸਕਦਾ ਹੈ, ਇਸ ਲਈ ਕਿਸੇ ਵੱਲੋਂ ਵੀ ਗੁੱਸਾ ਗਿਲਾ ਨਾ ਦਿਖਾਇਆ ਜਾਵੇ। ਇਹ ਬੇਨਤੀ ਕਰਨ ਉਪਰੰਤ ਉਸਨੇ ਬਹਾਦਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਤਾਇਆ, ਪਹਿਲਾਂ ਤੂੰ ਹੀ ਦੱਸ ਕੀ ਗੱਲ ਹੈ। ਦੇਖੋ ਪੰਚਾਇਤੋਂ ਮਨਜੀਤ ਭਾਵੇਂ ਮੇਰੀ ਨੂੰਹ ਹੈ, ਪਰ ਮੇਰੇ ਲਈ ਧੀ ਤੋਂ ਵੀ ਵੱਧ ਹੈ। ਅਸੀਂ ਕਦੇ ਵੀ ਇਹਨੂੰ ਅਲਫੋਂ ਬੇ ਨਹੀਂ ਕਿਹਾ। ਇਹ ਤੁਹਾਨੂੰ ਵੀ ਪਤਾ ਹੈ ਵੀ ਸਾਡੇ ਕੋਲ ਜ਼ਮੀਨ ਜਾਇਦਾਦ ਬਹੁਤ ਹੈ, ਜਿਹਦੀ ਸਾਂਭ ਸੰਭਾਲ ਕਰਨ ਲਈ ਵਾਰਸ ਤਾਂ ਚਾਹੀਦਾ ਹੀ ਹੈ। ਪਰ ਇਹ ਲੜਕੀ ਦੇ ਕੁੜੀਆਂ 4 ਹੋ ਗਈਆਂ ਹਨ, ਮੁੰਡੇ ਦੀ ਹੁਣ ਕੋਈ ਉਮੀਦ ਨਹੀਂ ਰਹਿ ਗਈ। ਜੇ ਬਿੱਕਰ ਦੇ ਮੁੰਡਾ ਹੋਊ ਤਾਂ ਜਾਇਦਾਦ ਦੀ ਸੰਭਾਲ ਕਰੂ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਬਿੱਕਰ ਦਾ ਇੱਕ ਹੋਰ ਵਿਆਹ ਕਰ ਲਈਏ। ਮਨਜੀਤ ਨੂੰ ਅਸੀਂ ਘਰ 'ਚ ਰੱਖਣ ਲਈ ਰਾਜ਼ੀ ਹਾਂ, ਖੁਸ਼ੀ ਨਾਲ ਰਹੇ। ਪਹਿਲਾਂ ਵੀ ਲੋਕਾਂ ਦੇ 3-3 ਵਿਆਹ ਹੁੰਦੇ ਸਨ,
ਅਤੇ ਸਾਰੀਆਂ ਇਕੱਠੀਆਂ ਹੀ ਖੁਸ਼ੀ ਖੁਸ਼ੀ ਰਹਿੰਦੀਆਂ ਸਨ। ਫਿਰ ਇਹ ਦੋ ਵੀ ਰਹਿ ਸਕਦੀਆਂ ਨੇ। ਜੇ ਮਨਜੀਤ ਨੂੰ ਨਾਲ ਰਹਿਣਾ ਚੰਗਾ ਨਹੀਂ ਲੱਗਦਾ ਤਾਂ ਉਹ ਤਲਾਕ ਲੈ ਲਵੇ ਅਤੇ ਅਸੀਂ ਬਿੱਕਰ ਦਾ ਦੂਜਾ ਵਿਆਹ ਕਰ ਲਈਏ, ਬਾਕੀ ਜਿਵੇਂ ਤੁਸੀਂ ਠੀਕ ਸਮਝੋ। ਬਹਾਦਰ ਸਿੰਘ ਨੇ ਇੱਕੋ ਸਾਹੇ ਸਾਰੀ ਗੱਲ ਕਹਿ ਸੁਣਾਈ। ਦੇਖ ਬਹਾਦਰ ਸਿਆਂ, ਇੰਨਾ ਦਿਲ ਨਹੀਂ ਸਿੱਟੀ ਦਾ ਹੁੰਦਾ। ਉਹ ਵੇਖ ਬੋਲੇ ਕਿ ਜੀਤੇ ਦੇ 7 ਕੁੜੀਆਂ ਮਗਰੋਂ ਮੁੰਡਾ ਹੋ ਗਿਆ ਸੀ, ਕੋਈ ਓਹੜ ਪੋੜ ਹੋਰ ਕਰਕੇ ਦੇਖ ਲੋ। ਸਿਆਣੇ ਕਹਿੰਦੇ ਨੇ ਕਿ ਹੁਣ ਤਾਂ ਦਵਾਈਆਂ ਬੂਟੀਆਂ ਬਹੁਤ ਮਿਲਦੀਆਂ ਹਨ, ਤਲਾਕ ਹੋਣ ਨਾਲ ਬੱਚੀਆਂ ਦਾ ਜੀਵਨ ਤਬਾਹ ਹੋ ਜੂ। ਜਰਾ ਸੋਚ ਸਮਝ ਕੇ ਫੈਸਲਾ ਕਰੀਓ। ਤੇਜੇ ਪੰਚ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਓੜ ਪੋੜ ਤਾਂ ਸਾਰੀ ਕਰਕੇ ਦੇਖ ਲਈ ਹੈ ਬਾਬਾ ਜੀ, ਗੁਰਦੁਆਰਾ ਸਾਹਿਬ ਰੋਜ਼ ਅਰਦਾਸ ਕਰਨ ਮੈਂ ਪਹੁੰਚਦੀ ਸੀ। ਬਾਬਾ ਮਸਤ ਰਾਮ ਦੀ ਸਮਾਧ ਤੇ ਸੁਖਣਾ ਅਸੀਂ ਸੁੱਖ ਲਈ, ਘਰੇ ਅਖੰਡ ਪਾਠ ਕਰਵਾਇਆ, ਖੁੱਡੇ ਵਾਲੇ ਬਾਬੇ ਦੇ ਡੇਰੇ ਤੇ 7 ਚੌਂਕੀਆਂ ਅਸੀਂ ਭਰ ਲਈਆਂ, ਕਾਲੇ ਵਾਲੀ ਵਾਲੇ ਵੈਦ ਤੋਂ ਪੁੜੀਆਂ ਲਿਆ ਕੇ ਖਵਾ ਦਿੱਤੀਆਂ ਸੀ। ਅਸੀਂ ਕੋਈ ਕਸਰ ਨਹੀਂ ਛੱਡੀ, ਪਰ ਮਨਜੀਤ ਦੇ ਕਰਮਾਂ ਵਿੱਚ ਜਦ ਮੁੰਡਾ ਲਿਖਿਆ ਹੀ ਨਹੀਂ ਫਿਰ ਓੜ ਪੋੜ ਵੀ ਕੀ ਕਰੂ। ਹੁਣ ਤਾਂ ਫੈਸਲਾ ਕਰ ਹੀ ਦਿਓ। ਪਿੱਛੇ ਬੈਠੀ ਮਹਿੰਦਰੋ ਨੇ ਆਪਣੇ ਅੰਦਰਲਾ ਫੈਸਲਾ ਸੁਣਾ ਹੀ ਦਿੱਤਾ। ਤੁਸੀਂ ਬੋਲੋ ਭਾਈ, ਕੀ ਕਹਿਣਾ ਚਾਹੁੰਦੇ ਹੋ? ਰਿਸ਼ਤੇਦਾਰੋ, ਇੱਕ ਬਜ਼ੁਰਗ ਨੇ ਸਾਹੂ ਵਾਲੇ ਵਾਲਿਆਂ ਵੱਲ ਹੱਥ ਕਰਦਿਆਂ ਕਿਹਾ, ਅਸੀਂ ਧੀ ਵਾਲੇ ਹਾਂ, ਸਾਡਾ ਪੰਚਾਇਤਾਂ ਮੋਹਰੇ ਕਾਹਦਾ ਜ਼ੋਰ ਹੈ, ਪਰ ਧੀਆਂ ਦਾ ਦੁੱਖ ਤਾਂ ਧੀਆਂ ਵਾਲੇ ਹੀ ਜਾਣਦੇ ਹੁੰਦੇ ਨੇ। ਤਲਾਕ ਲੈ ਕੇ ਪੇਕੇ ਘਰ ਬੈਠਣ ਨਾਲੋਂ ਧੀ ਲਈ ਵੱਡਾ ਹੋਰ ਨਰਕ ਨਹੀਂ ਹੋ ਸਕਦਾ। ਜੇ ਇਕੱਠਿਆਂ ਰਹਿਣ ਦੀ ਗੱਲ ਕਰੀਏ, ਅਸੀਂ ਤਾਂ ਕਦੇ ਇਹ ਦੇਖਿਆ ਹੀ ਨਹੀਂ ਬਾਈ, ਸੌਂਕਣਾ ਭੈਣਾਂ ਵਾਂਗੂ ਰਹਿੰਦੀਆਂ ਹੋਣ। ਸੌਂਕਣਾ ਤਾਂ ਗੁੱਤੋ ਗੁੱਤੀ ਹੁੰਦੀਆਂ ਹੀ ਦੇਖੀਆਂ ਜਾਂਦੀਆਂ ਨੇ। ਬਿੱਕਰ ਦਾ ਦੂਜਾ ਵਿਆਹ ਕਰਾਉਣ ਦੀ ਇਜਾਜ਼ਤ ਦੇਣਾ ਸਾਡੀ ਧੀ ਨੂੰ ਨਰਕ ਵਿੱਚ ਸੁੱਟਣਾ ਏ। ਬਾਕੀ ਪੰਚਾਇਤਾਂ ਜੋ ਫੈਸਲਾ ਕਰਨਗੀਆਂ, ਸਾਡਾ ਉਹਨਾਂ ਮੂਹਰੇ ਕੀ ਜ਼ੋਰ ਹੈ, ਮੰਨਣਾ ਹੀ ਪਊਗਾ। ਮਨਜੀਤ ਦੇ ਬਾਪ ਨੇ ਟੁੱਟੇ ਦਿਲ ਅਤੇ ਭਰੀਆਂ ਅੱਖਾਂ ਨਾਲ ਆਪਣੀ ਮਜਬੂਰੀ ਕਹਿ ਸੁਣਾਈ। ਕਹਿੰਦੇ ਨੇ ਜਿੰਨੇ ਬੰਦੇ ਓਨੀਆਂ ਗੱਲਾਂ, ਕੋਈ ਕਹੇ ਤਲਾਕ ਕਰਵਾ ਕੇ ਕੰਮ ਨਿਬੇੜੋ, ਵਾਰਸ ਤਾਂ ਚਾਹੀਦਾ ਹੀ ਹੈ, ਕੋਈ ਕਹੇ ਬਿਨਾਂ ਕਿਸੇ ਦੋਸ਼ ਦੇ ਤਲਾਕ ਦੇ ਕੇ ਸੁੱਖ ਕਿਵੇਂ ਪਾਉਂਗੇ, ਇਉਂ ਨਹੀਂ ਕਰਨਾ ਚਾਹੀਦਾ, ਕੋਈ ਕਹੇ ਪੁਸ਼ਤਾਂ ਵੱਲੋਂ ਇਕੱਠੀ ਕੀਤੀ ਜਾਇਦਾਦ ਹੁਣ ਬਗਾਨੇ ਪੁੱਤਾਂ ਲਈ ਕਿਵੇਂ ਛੱਡ ਦਿੱਤੀ ਜਾਵੇ, ਬਿੱਕਰ ਨੂੰ ਤਾਂ ਵਿਆਹਣਾ ਹੀ ਪਊ, ਕੋਈ ਕਹੇ ਜੇ ਰੱਬ ਨੇ ਪੁੱਤ ਦੇਣਾ ਹੁੰਦਾ ਤਾਂ ਭਾਈ ਮਨਜੀਤ ਦੇ ਪੇਟੋਂ ਹੀ ਦੇ ਦਿੰਦਾ, ਜੇ ਦੇਣ ਵਾਲੇ ਨੇ ਹੀ ਨਹੀਂ ਦੇਣਾ ਤਾਂ ਭਾਵੇਂ 10 ਵਿਆਹ ਕਰਵਾ ਲਓ ਆਦਿ। ਅੰਤ ਬਹਾਦਰ ਸਿੰਘ ਨੇ ਕਿਹਾ ਕਿ ਐਵੇਂ ਪਾਣੀ ਚ ਮਧਾਣੀ ਕਿਉਂ ਪਾਈ ਹੈ, ਜਿਹੜਾ ਫੈਸਲਾ ਕਰਨਾ ਹੈ ਜਲਦੀ ਕਰੋ। ਲੰਬਾ ਸਮਾਂ ਹੁੰਦੀ ਇਹ ਚਰਚਾ ਸੁਣਨ ਉਪਰੰਤ ਗ੍ਰੰਥੀ ਗਿਆਨੀ ਰਾਮ ਸਿੰਘ ਖਾਲਸਾ ਦਾੜਾ ਦੁਮਾਲੇ ਵਾਲੀ ਦਸਤਾਰ ਚੌੜੇ ਗਾਤਰੇ ਵਾਲੀ ਕਿਰਪਾਨ ਗਲ ਚ ਕੇਸਰੀ ਪਰਨਾ ਅਤੇ ਹੱਥ ਚ ਮਾਲਾ ਪੰਚਾਇਤਾਂ ਨੂੰ ਸੰਬੋਧਨ ਕਰਨ ਲਈ ਖੜਾ ਹੋ ਗਿਆ। ਉਸ ਦੇ ਖੜਾ ਹੋਣ ਨਾਲ ਇੱਕਦਮ ਚੁੱਪ ਪਸਰ ਗਈ। ਧਰਮ ਚ ਵਿਸ਼ਵਾਸ ਰੱਖਣ ਵਾਲੇ ਲੋਕ ਗ੍ਰੰਥੀ ਨੂੰ ਵਾਹਿਗੁਰੂ ਦੇ ਵਜ਼ੀਰ ਵਜੋਂ ਦੇਖਦੇ ਹਨ, ਉਸ ਤੇ ਭਰੋਸਾ ਕਰਦੇ ਹਨ ਅਤੇ ਉਸ ਦੇ ਹੁਕਮ ਨੂੰ ਰੱਬ ਦਾ ਹੁਕਮ ਸਮਝ ਕੇ ਮੰਨਦੇ ਹਨ। ਉਸ ਨੇ ਕਹਿਣਾ ਸ਼ੁਰੂ ਕੀਤਾ, ਭਾਈ ਸੰਗਤੇ, ਅਸੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ ਅਤੇ ਮੰਨਦੇ ਹਾਂ ਕਿ ਸਭ ਕੁਝ ਦੇਣ ਵਾਲਾ ਵਾਹਿਗੁਰੂ ਹੀ ਹੈ, ਪਰ ਕੁਝ ਅਵਸਥਾ ਅਜਿਹੀਆਂ ਹੁੰਦੀਆਂ ਹਨ ਜੋ ਇਸ ਭਰੋਸੇ ਸਦਕਾ ਵੀ ਪ੍ਰਾਪਤ ਨਹੀਂ ਕੀਤੀਆਂ ਜਾ ਸਕਦੀਆਂ। ਮਿਸਾਲ ਵਜੋਂ ਜੇ ਇੱਕ ਆਦਮੀ ਦੀ ਲੱਤ ਵੱਢੀ ਜਾਵੇ ਅਤੇ ਉਹ ਅਰਦਾਸਾਂ ਕਰੇ ਕਿ ਉਸ ਦੇ ਨਵੀਂ ਲੱਤ ਆ ਜਾਵੇ, ਇਹ ਭਾਈ ਨਹੀਂ ਆ ਸਕਦੀ। ਠੀਕ ਹੈ, ਆਪਾਂ ਨੂੰ ਵਾਹਿਗੁਰੂ ਤੇ ਵਿਸ਼ਵਾਸ ਹੈ,
ਪਰ ਕਿਸੇ ਆਪਣੇ ਕੰਮ ਲਈ ਵਾਹਿਗੁਰੂ ਦਾ ਇਮਤਿਹਾਨ ਵੀ ਨਹੀਂ ਲੈਣਾ ਚਾਹੀਦਾ। ਦੂਜੀ ਗੱਲ, ਔਰਤ ਨੂੰ ਮਾਂ ਕਿਹਾ ਜਾਂਦਾ ਹੈ ਅਤੇ ਧਰਤੀ ਬਾਰੇ ਵੀ ਗੁਰੂ ਸਾਹਿਬ ਨੇ ਫਰਮਾਇਆ ਏ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਅਰਥਾਤ ਧਰਤੀ ਨੂੰ ਵੀ ਮਾਂ ਕਿਹਾ ਗਿਆ ਹੈ। ਦੋਵਾਂ ਨੂੰ ਮਾਂ ਕਹਿਣ ਵਿੱਚ ਵੀ ਇੱਕ ਤਰਕ ਹੈ ਕਿ ਦੋਵਾਂ ਵਿੱਚ ਇੱਕ ਸਮਾਨਤਾ ਹੈ, ਦੋਵੇਂ ਪੈਦਾ ਕਰਨ ਦੀ ਸ਼ਕਤੀ ਰੱਖਦੀਆਂ ਹਨ। ਔਰਤ ਵੀ ਆਪਣੇ ਪੇਟੋਂ ਬੱਚਾ ਪੈਦਾ ਕਰਦੀ ਹੈ ਅਤੇ ਧਰਤੀ ਵੀ ਆਪਣੇ ਵਿੱਚੋਂ ਬਨਸਪਤੀ ਦਰਖਤ ਬੂਟੇ ਪੈਦਾ ਕਰਦੀ ਹੈ। ਪਰ ਭਾਈ, ਇਹ ਵੀ ਸੱਚਾਈ ਹੈ ਕਿ ਜੇ ਧਰਤੀ ਵਿੱਚ ਨਿੰਮ ਦਾ ਬੀਜ ਦੱਬ ਦੇਵੋਗੇ ਤਾਂ ਧਰਤੀ ਨਿੰਮ ਹੀ ਪੈਦਾ ਕਰੇਗੀ, ਅੰਬ ਨਹੀਂ ਪੈਦਾ ਕਰ ਸਕਦੀ। ਜਿਸ ਬੂਟੇ ਦਾ ਬੀਜ ਬੀਜੋਗੇ ਉਹ ਹੀ ਬੂਟਾ ਹੀ ਪੈਦਾ ਹੋਵੇਗਾ। ਇਸ ਤੱਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਚ ਬਾਬਾ ਫਰੀਦ ਜੀ ਸਪਸ਼ਟ ਕਰਦੇ ਹੋਏ ਕਹਿੰਦੇ ਹਨ, ਫਰੀਦਾ ਲੋੜੇ ਦਾਖ ਬਿਜੂਰੀਆ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਈਦਾ ਪੈਂਦਾ ਲੋੜੇ ਪੱਟ, ਭਾਵ ਜੱਟ ਕਿੱਕਰ ਦੇ ਬੀਜ ਬੀਜ ਕੇ ਦਾਖਾਂ ਭਾਲੇ ਤਾਂ ਨਹੀਂ ਹੋ ਸਕਦਾ। ਇਸੇ ਤਰ੍ਹਾਂ ਭਾਈ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿਣਾ ਚਾਹੁੰਦਾ ਹਾਂ ਕਿ ਔਰਤ ਬੱਚਾ ਪੈਦਾ ਕਰ ਸਕਦੀ ਹੈ, ਪਰ ਬੱਚਾ ਮੁੰਡਾ ਹੋਵੇ ਜਾਂ ਕੁੜੀ ਇਹ ਤਾਂ ਬੰਦੇ ਦੇ ਹੱਥ ਵੱਸ ਹੈ, ਔਰਤ ਦੇ ਨਹੀਂ। ਭਾਈ, ਬੀਬੀ ਨੂੰ ਦੋਸ਼ੀ ਨਹੀਂ ਮੰਨਣਾ ਚਾਹੀਦਾ ਅਤੇ ਇਸ ਮਾਮਲੇ ਦਾ ਸੋਚ ਸਮਝ ਕੇ ਹੀ ਫੈਸਲਾ ਕਰਨਾ ਚਾਹੀਦਾ ਹੈ। ਇਹ ਸੁਣਦਿਆਂ ਹੀ ਸਾਰੇ ਪਤਵੰਤੇ ਇੱਕ ਵਾਰ ਚੁੱਪ ਚਾਪ ਸੋਚਣ ਲੱਗ ਪਏ। ਹੁਣ ਸਰਪੰਚ ਕਰਤਾਰ ਸਿੰਘ ਉੱਠਿਆ ਅਤੇ ਤਲਾਕ ਬਾਰੇ ਕੋਈ ਫੈਸਲਾ ਕਰਨ ਤੋਂ ਕੋਰਾ ਜਵਾਬ ਦਿੰਦਿਆਂ ਕਹਿਣ ਲੱਗਾ, ਭਾਈ ਬਿੱਕਰ ਦਾ ਇਲਾਜ ਕਰਵਾਇਆ ਜਾਵੇ, ਅਗਲੇ ਸਾਲ ਇਸ ਮਾਮਲੇ ਬਾਰੇ ਮੁੜ ਇਕੱਠ ਕੀਤਾ ਜਾਵੇਗਾ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਵੀ ਔਰਤ ਨੂੰ ਧੀਆਂ ਜੰਮਣ ਦਾ ਦੋਸ਼ ਨਹੀਂ ਦੇਣਾ ਚਾਹੀਦਾ। ਇਹ ਤਾਂ ਇੱਕ ਪਰਮਾਤਮਾ ਦੀ ਦਾਤ ਹੈ ਜਾਂ ਇੱਕ ਬੰਦੇ ਤੇ ਡਿਪੈਂਡ ਹੁੰਦਾ ਹੈ ਜਾਂ ਉਸ ਵਾਹਿਗੁਰੂ ਦੇ ਹੱਥ ਵੱਸ ਹੁੰਦਾ ਹੈ। ਅੱਜ ਕੱਲ੍ਹ ਧੀ ਅਤੇ ਪੁੱਤ ਵਿੱਚ ਕੋਈ ਫਰਕ ਨਹੀਂ ਹੁੰਦਾ। ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡਾ ਵਿਚਾਰ ਕੀ ਹੈ ਇਸ ਕਹਾਣੀ ਬਾਰੇ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਕਰ ਦਿਓ। ਤੁਹਾਡਾ ਸਾਰਿਆਂ ਦਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।